ਇਸ ਐਕਟੀਵਿਟੀ ਲਈ ਤੁਹਾਨੂੰ 2 ਐਲਮੀਨੀਅਮ ਕੱਪ ਅਤੇ ਕੁਝ ਪੇਪਰ ਦੀਆਂ ਸਟ੍ਰਿਪਸ ਚਾਹੀਦੀਆਂ ਹਨ ਤਾਂ ਜੋ ਸਪਿਨਿੰਗ ਹੂਪ ਬਣਾ ਸਕੋ। ਇੱਕ ਪੁਰਾਣਾ ਐਲਮੀਨੀਅਮ ਕੈਨ ਲੈ ਕੇ ਉਸ ਉੱਪਰ ਮਾਰਕਰ ਨਾਲ 8 ਲਾਈਨਾਂ ਬਣਾਓ। ਹੁਣ ਇਸ ਦੇ ਰਿਮ ਨੂੰ 8 ਇਕੁਅਲ ਹਿੱਸਿਆਂ ਵਿੱਚ ਕੱਟ ਲਓ। ਹੁਣ 4 ਅਲਟਰਨੇਟ ਲੱਗਸ ਨੂੰ ਅੰਦਰ ਨੂੰ ਮੋੜੋ ਅਤੇ ਦੂਜੇ 4 ਨੂੰ ਬਾਹਰ ਨੂੰ ਮੋੜ ਦਿਓ। ਚਾਰ ਆਊਟਵਰਡ ਲੱਗਸ ਨੂੰ ਇੱਕੋ ਡਾਇਰੈਕਸ਼ਨ ਵਿੱਚ ਟਵਿਸਟ ਕਰੋ। ਉਹਨਾਂ ਦੇ ਸੈਂਟਰ ਵਿੱਚ ਗਲੀ ਕੱਟ ਦਿਓ। 4 ਸਟ੍ਰਿਪਸ ਨੂੰ ਉਹਨਾਂ ਦੇ ਲੱਗਸ ਲਗਾ ਦਿਓ ਤਾਂ ਕਿ ਟਵਿਸਟਿਡ ਹੂਪ ਬਣ ਜਾਵੇ। ਜਦੋਂ ਲੱਗਸ ਟਵਿਸਟਿਡ ਹੋ ਗਈਆਂ ਤਾਂ ਪੇਪਰ ਸਟ੍ਰਿਪ ਇੱਕ ਘੁੰਮਣ ਵਾਲੇ ਪੱਖੇ ਦੀ ਤਰ੍ਹਾਂ ਕੰਮ ਕਰਨਗੀਆਂ। ਹੁਣ ਇੱਕ ਲੱਕੜ ਦੀ ਸਟਿੱਕ 'ਤੇ ਢਿੱਲੀ ਜਿਹੀ ਪਲਾਸਟਿਕ ਸਟ੍ਰਾਅ ਲਗਾ ਦਿਓ ਜੋ ਕਿ ਬੁਸ਼ ਬੀਅਰਿੰਗ ਦਾ ਕੰਮ ਕਰੇਗੀ। ਜਦੋਂ ਤੁਸੀਂ ਇਸ ਨੂੰ ਪੱਖੇ ਦੇ ਥੱਲੇ ਲੈ ਕੇ ਜਾਓਗੇ ਤਾਂ ਇਹ ਬਹੁਤ ਆਰਾਮ ਨਾਲ ਘੁੰਮੇਗੀ ਅਤੇ ਬੜੀ ਸੋਹਣੀ ਲੱਗੇਗੀ।